ਗੇ ਉਹ ਇਹ ਬਗਿਆ ਸ਼ਬਦ ਵੇਲਾ ਪ੍ਰਾਹੁਣੇ ਤੇਰੇ ਤੇ ਨਾ ਆਏ ਆ, ਤੂੰ ਕਹਿੰਦੀ ਸੀ ਪ੍ਰਾਹੁਣਿਆਂ ਨੇ ਆਉਣਾ ਵਾ, ਤੇ ਮੰਮੀ ਹੁਣੀ ਵਿਚਾਰੇ ਇੰਨਾ ਜ਼ੋਰ ਲਾ ਲਾ ਚੱਲ ਗਈ ਉਹ ਵੀ ਨਾ, ਚਲੋ ਸਾਡੇ ਨਾਲ ਤੇ ਮੱਥਾ ਟਿਕਾ ਲਿਆਉਂਦੇ ਆ, ਗੁਰਦੁਆਰੇ ਜਾਂਦੇ ਤੇ ਵਾ ਲੰਗਰ ਖਾ ਕੇ ਆਉਣਾ ਸੀ ਵਧੀਆ ਵਧੀਆ। ਨਹੀਂ ਤਾਂ ਹੁਣ ਅਚਾਨਕ ਹੀ ਉਹਨਾਂ ਨੇ ਫੋਨ ਕੀਤਾ ਵੀ ਅਸੀਂ ਆਉਣਾ ਤੇ ਅਸੀਂ ਘਰੋਂ ਹੀ ਚਲ ਜਾਣਾ ਸੀਗਾ, ਚਲ ਤੇ ਫਿਰ ਮੰਮੀ ਆਏ ਨਹੀਂ, ਹੁਣ ਮੈਨੂੰ ਕੀ ਪਤਾ ਹੁਣ ਕਿਉਂ ਨਹੀਂ ਆਏ, ਕਿਉਂ ਨਹੀਂ ਆਏ? ਆ ਜਾਂਦੇ ਆ ਕੋਈ ਗੱਲ ਨਹੀਂ। ਚੱਲ ਨਹੀਂ ਆਏ ਤੇ ਉਹ ਜਿਹੜੇ ਬ੍ਰੈਡ ਲਿਆ ਕੇ ਦਿੱਤੇ ਆ ਤੈਨੂੰ, ਉਹ ਮੈਨੂੰ ਪਕੌੜੇ ਕੱਢ ਕੇ ਦੇ ਫਿਰ, ਮੈਂ ਤਾਂ ਸਵੇਰ ਦਾ ਮੂੰਹ ਸਵਾਰਨ ਡਿਆ ਵੀ ਪ੍ਰਾਹੁਣੇ ਆਉਣਗੇ ਪਕੌੜੇ ਖਾਵਾਂਗੇ। ਤੇ ਮੈਂ ਤੇ ਆਲੂ ਉਲੂ ਤੇ ਬਾਲੇ ਨਹੀਂ ਅਜੇ। ਤੇ ਆਲੂਆਂ ਨੂੰ ਕੀ ਆ, ਉਦਾਂ ਬ੍ਰੈਡ ਵਾਲੇ ਕੱਢ ਦੇ। ਰੁਕ ਜਾ ਮੰਮੀ ਹੁਣੀ ਆਉਂਦੇ ਫਿਰ ਇਕੱਠੇ ਨਾਲੇ ਚਾਹ ਬਣਾ ਲਾਂਗੇ ਤੇ ਨਾਲੇ ਕੱਢ ਦੂੰਗੀ ਤੁਹਾਨੂੰ। ਤੇ ਹੁਣ ਕੀ ਆ, ਆਹੇ ਦੁੱਧ ਥੋੜਾ ਵਾ, ਮੈਂ ਚਾਹ ਜੇ ਹੁਣ ਬਣਾ ਲਈ ਤੇ ਘੜੀ ਨੂੰ ਕਿੱਦਾਂ ਬਣਾਉਣੀ ਫਿਰ। ਤੇ ਪਕੌੜਿਆਂ 'ਚ ਦੁੱਧ ਪੈਂਦਾ ਵਾ? ਪਕੌੜਿਆਂ 'ਚ ਨਹੀਂ ਪੈਂਦਾ, ਨਾਲ ਚਾਹ ਤੇ ਪੀਣੀ ਆ ਨਾ। ਚਾਹ ਪੀਣੀ ਇੱਥੇ? ਚੱਲ ਪਕੌੜੇ ਨਹੀਂ ਤੇ ਜਾਂ ਫਿਰ ਹੌਲੀ ਚੀਜ਼ ਬਣਾ ਲਿਆ, ਹੌਲੀ ਚੀਜ਼ ਸੈਂਡਵਿਚ ਬਣਾ ਦੇ ਮੈਨੂੰ। ਤੇ ਜੇ ਖਲੋ ਜਾਂਦੇ ਤੇ ਚੰਗਾ ਨਹੀਂ, ਮੰਮੀ ਹੋਣਾ ਵੀ ਆ ਜਾਣਾ ਸੀਗਾ। ਬੈਠਾ ਨਹੀਂ ਚੰਗਾ ਲੱਗਦਾ ਮੈਂ ਖਲੋ ਜਾਂ? ਤੁਹਾਨੂੰ ਤੇ ਗੱਲਾਂ ਆਉਂਦੀਆਂ ਓਦਾਂ ਹੀ। ਗੱਲਾਂ ਓਦਾਂ ਕਿੱਦਾਂ ਆਉਂਦੀਆਂ? ਜਿੱਦਾਂ ਤੈਨੂੰ ਆਉਂਦੀਆਂ ਓਦਾਂ ਹੀ ਆਉਂਦੀਆਂ ਵਾ। ਨਾਲੇ ਬਣਾਵਾਂ ਮੈਨੂੰ ਸਵੇਰ ਦਾ ਇੱਥੇ ਬਿਠਾਇਆ ਸੀ, ਪ੍ਰਾਹੁਣੇ ਆਉਣੇ ਪ੍ਰਾਹੁਣੇ ਆਉਣੇ, ਮੰਮੀ ਨੇ ਕਹਿੰਦੇ ਉਹਨੂੰ ਮੱਥਾ ਟਿਕਾ ਕੇ ਲਿਆਉਣਾ, ਨਾ ਉਹਨੂੰ ਜਾ ਦਿੱਤਾ। ਚੱਲ ਆਪਾਂ ਕਿਸੇ ਦਿਨ ਫੇਰ ਜਾਵਾਂਗੇ, ਹੁਣ ਪ੍ਰਾਹੁਣੇ ਆਉਣੇ ਤੇ ਰਹਿਣਾ ਤਾਂ ਕਹੀ ਨਾ ਘਰ। ਪ੍ਰਾਹੁਣੇ ਆਏ ਹੋਏ ਹੈ ਨਹੀਂ, ਹੁਣ ਉਹਨਾਂ ਨੇ ਆਉਣਾ ਵਾ ਇੱਥੇ। ਹੁਣ ਕਿਹੜੇ ਵੇਲੇ ਆਉਣਾ ਨਾ? ਦੱਸ ਯਾਰ ਮੈਨੂੰ, ਹੁਣ ਇਹ ਗੱਲ ਦਾ ਕੀ ਪਤਾ ਕਦੋਂ ਆਉਣਾ ਉਹਨਾਂ ਨੇ। ਉਹਨਾਂ ਨੇ ਅੱਜ ਆਉਣਾ, ਤੂੰ ਇੱਦਾਂ ਕਰ ਜਾ, ਮੈਂ ਤੈਨੂੰ ਕਹਿਣ ਦੇਣਾ ਪਕੌੜੇ ਬਣਾ ਕੇ ਲਿਆ ਜਾ ਹੁਣ, ਨਹੀਂ ਤਾਂ ਫਿਰ ਸੈਂਡਵਿਚ ਬਣਾ ਦੇ। ਪਕੌੜੇ ਪਕੂੜੇ ਤਾਂ ਨਹੀਂ ਮੈਂ ਬਣਾਉਣੇ, ਸੈਂਡਵਿਚ ਬਣਾ ਕੇ ਲਿਆ ਦੇ। ਬਣਾ ਦੇ ਫਿਰ, ਲਿਆ ਦੇ ਫਿਰ। ਨੂੰ ਇਹ ਦਾ ਪਰਾਹੁਣੇ ਆਏ ਨੇ ਫੇਰ ਬੜੀ ਖੁਸ਼ੀ ਖੁਸ਼ੀ ਪਕੌੜੇ ਨਿਕਲਣੇ, ਮੈਂ ਮੰਗ ਲਿਆ ਤਾਂ ਮੌਤ ਹੀ ਪੈ ਗਈ ਆ, ਮੈਂ ਤਾਂ ਖਾ ਕੇ ਛੱਡੂ ਹੁਣ ਜਿਹੜਾ ਸਵੇਰ ਦੇ ਮੈਂ ਸਵਾਦ ਲਾਉਣ ਡਿਆ। ਤੂੰ ਕੜਾ ਲਾ ਲਿਆ ਵਾ ਬਾਲਾ ਭਰਾਵਾ। ਆ ਵੇਲਾ ਕੁੜੀ ਦੇ ਚੱਲੇ ਸਮਰੀਤ, ਉਹ ਤੇ ਇੱਕ ਵਾਰ ਘਰ ਨੂੰ ਤੇ ਆ ਜਾਣਾ ਸੀਗਾ, ਤੈਨੂੰ ਨਹਾਉਣ ਦੀ ਪੈ ਗਈ ਆ। ਉਧਰ ਭੱਜ ਗਈ ਆ, ਐਦਾਂ ਹੱਥ ਖੜਾ ਹੁਣ ਕਰੀ ਜਾਂਦੀ ਉਹ, ਵੇਖ ਲੋ ਕਿੱਥੇ ਚਲ ਗਈ ਚ ਬੱਚੇ ਜੇ। ਹਾਂ ਵੇ ਲਾਗੇ ਮਨਜੋਤ ਵੀ ਹੈਗਾ, ਉਹ ਇਹਨੇ ਸਿਰ ਵੀ ਭੇ ਲੈਣਾ ਉਹਨੂੰ ਕਹਿ, ਚੱਲ ਆਪੇ ਨਾ ਕੇ ਆ ਜਾਊਗੀ ਕੋਈ ਗੱਲ ਨਹੀਂ। ਤਾਂ ਮੈਨੂੰ ਵੇਖ ਲੈਣ ਤੇ ਇੱਕ ਵਾਰ। ਆਏ ਹਾਏ ਮਨਜੋਤ ਉੱਥੇ ਹੀ ਆ, ਉੱਥੇ ਹੀ ਆ, ਯਕੀਨ ਨਹੀਂ ਹੈਗਾ। ਉਹ ਮੈਂ ਕਿਹਾ ਕੱਲੀ ਨਾਲ ਕੁੜੀ ਕਿਰੇ ਨੂੰ ਦੀ ਲਵੇ। ਨਹੀਂ ਉੱਥੇ ਹੀ ਆ ਮਨਜੋਤ, ਰਾਜ ਵੀ ਗਰਮੀ ਗਰਮੀ ਕਰਦੀ ਰਹੀ ਹੈ। ਗਰਮੀ ਤੇ ਕਰਦੀ ਰਹੀ, ਸੁਣੋ ਮੇਰੀ ਗੱਲ, ਇਦਾਂ ਕੁੜੀ ਵਿਚਾਰੀ ਪਰੇਸ਼ਾਨ ਟੈਨਸ਼ਨ ਆ ਮੈਨੂੰ, ਸਗੋਂ ਗਏ ਤੇ ਹੈਗੇ ਕੜੀ, ਸਗੋਂ ਬੜੀ ਪਰੇਸ਼ਾਨੀ ਹੋਈ ਜਾ ਕੇ। ਸੁੰਦਰ ਉਹ ਲੱਭਦੀ ਆਪਣੀ ਮਾਂ ਨੂੰ, ਮਾਂ ਨੂੰ ਲੱਭਦੀ ਤਾਂ ਹੀ ਕੋਠੇ ਗਈ ਭਾਜੀ ਵੀ, ਉਹਨੇ ਦੱਸਿਆ ਮੈਨੂੰ, ਕਹਿੰਦਾ ਇਹ ਕੋਠੇ ਜਾ ਕੇ ਆਪਣੀ ਮਾਂ ਨੂੰ ਲੱਭਦੀ। ਹਾਂਜੀ ਹੁਣੀ ਮੇਰੀ ਮਾਂ ਨਾਨਕੇ ਆ, ਮੇਰੀ ਮਾਂ ਉੱਥੇ ਆ, ਤਾਂ ਹੀ ਆ ਨਾ, ਨਿਆਣੀ ਆ ਨਾ, ਉਹਨੂੰ ਪਤਾ ਨਹੀਂਗਾ, ਇਹ ਹੁਣ ਜਿੱਥੇ ਵਾਂਡੇ ਜਾਇਆ ਕਰੂਗੀ ਉੱਥੇ ਹੀ ਇਹਨੇ ਲੱਭਿਆ ਕਰਨਾ, ਤੇ ਕੀ ਕਰਾਂਗੇ ਆਪਾਂ, ਇੱਦਾਂ ਬੜਾ ਦੁੱਖ ਲੱਗਦਾ। ਕੀ ਇੱਦਾਂ ਸਹੀ ਸਹੀ ਆ, ਆਪੇ ਤਰਤਾ ਜਾਣੀ ਆ, ਮਹਾਰਾਜ ਨੇ ਤਰਤਾ ਦੇਣੀ ਉਹਨੇ ਆਪੇ, ਤੇ ਚਾਰ ਚੁਫੇਰੇ ਵਹਿੰਦੀ ਹੋਊਗੀ, ਮੇਰੀ ਮਾਂ ਨਿੱਕੀ ਹੁੰਦੀ ਇੱਥੇ ਖੇਡਦੀ ਰਹੀ ਹੋਣੀ ਆ। ਅਜੇ ਇੰਨੀ ਸੋਚ ਕਿੱਥੇ ਆ ਉਹਨੂੰ, ਨਿਆਣੀ ਵਿਚਾਰੀ ਨੂੰ ਅਜੇ ਲੱਭਦੀ ਆ ਉਹ ਵੀ, ਇੱਥੇ ਨਹੀਂ ਹੈਗੀ ਤੇ ਉੱਥੇ ਹੋਣੀ, ਉੱਥੇ ਹੋਣੀ, ਇੱਦਾਂ ਹੁਣ ਤੁਸੀਂ ਨਾ ਦਿਲ ਛੋਟਾ ਕਰੋ, ਤੁਹਾਨੂੰ ਪਤਾ ਹੈਗਾ ਨਾਲੇ ਮਨਜੋਤ ਵੀ ਗੁੱਸਾ ਕਰਦਾ, ਉਹ ਕਹਿੰਦਾ ਤੁਸੀਂ ਇੱਦਾਂ ਕਰਦੇ ਤੇ ਮੈਂ ਕੀ ਕਰਾਂ ਫਿਰ, ਸਾਨੂੰ ਕਿਹੜਾ ਰੋਣ ਨਹੀਂ ਆਉਂਦਾ, ਰੋਣ ਲੱਗਿਆ ਤੇ ਜਾਗਰਵਾ ਦੇਈਦਾ ਵਾ, ਤੇ ਹੌਸਲਾ ਰੱਖੋ ਸਿਆਣੇ ਪਿਆਣੇ ਤੁਸੀਂ। ਹੁਣ ਉਹ ਜਦੋਂ ਮਨਪ੍ਰੀਤ ਦਾ ਨਾਮ ਲੈਂਦੇ ਉਦੋਂ ਕੋਈ ਗੱਲ ਨਹੀਂ ਕੋਈ ਹੁੰਦੀ। ਚਲੋ ਆਓ ਪਾਣੀ ਧਾਣੀ ਪੀਓ, ਆਣ ਕੇ ਆ ਜਾਓ, ਚਲੋ ਫੋਨ ਮੇਰਾ ਗੱਡੀ 'ਚ ਹੀ ਆ, ਲੈ ਕੱਢ ਲਾ।
ਬਹੁਤ ਗਰਮੀ ਲੱਗੀ ਗੱਡੀ ਚੋਂ ਨਿਕਲਦੇ ਆਂ। ਆ ਗਏ ਮੰਮੀ? ਹਾਂਜੀ ਆ ਗਏ। ਇਹ ਤਾਂ ਟਾਈਮ ਹੀ ਬੜਾ ਲਾਇਆ ਜੇ। ਸਮਰੀਤ ਖੜੇ ਪੈ ਗਈ ਵੀ ਮੈਂ ਨਾਨਕੇ ਜਾਣਾ, ਫਿਰ ਮਨਪ੍ਰੀਤ ਦੇ ਚਲ ਗਏ ਪੇਕਿਆਂ ਦੇ ਘਰ ਘੜੀ ਕੋ। ਅੱਛਾ ਉਧਰ ਚਲ ਗਏ ਸੀ ਗੁਰਵਰ? ਗੁਰਵਰ ਨੂੰ ਤੇ ਮੰਮੀ ਮੈਂ ਸਵਾਲਤਾ ਵਾ ਹੁਣ। ਹੁਣ ਸੌਂ ਗਿਆ ਵਾ? ਆਹੋ ਨਹੀਂ ਹੁਣ ਸੌਂ ਗਿਆ, ਨਵਾਲਤ ਵਾਲ ਕੇ ਸਵਾਲਤਾ ਸੀ। ਉਦੋਂ ਮੈਂ ਕਿਹਾ ਚੱਲ ਸਾਡੇ ਨਾਲ ਕਲਾ ਦੇ। ਤੇ ਮੰਮੀ ਜੀ ਉਹ ਨਾਲ ਜਾਂਦਾ ਤੇ ਤੁਹਾਨੂੰ ਪਤਾ ਵਾ ਮੇਰਾ ਮੁੰਡਾ ਕਿਹੜਾ ਮੇਰਾ ਵਿਸਾਹ ਕਰਦਾ, ਤੇ ਨਾਲੇ ਮੈਨੂੰ ਜਾਣਾ ਪੈਣਾ ਸੀ। ਤੇ ਤੂੰ ਵੀ ਚੱਲ ਜਾਂਦੀ, ਉਦੋਂ ਤਾਂ ਨਾ ਤੂੰ ਹੀ ਮੂੰਹ ਸਿਰ ਫੜਾਉਣੀ ਸੀ ਅਨੁਪਾਲ ਦਾ, ਤੇ ਨਾ ਸੁਮਨ ਨੂੰ ਨੀ ਫੜਾਉਂਦੇ ਆਂਦੇ, ਸਾਡੇ ਪਰਾਹੁਣੇ ਆਉਣ ਲੱਗੇ, ਪਰਾਹੁਣੇ ਆਉਣ ਲੱਗੇ ਆ, ਉਦੋਂ ਤੇ ਕੋਈ ਵੀ ਨਾ ਤੁਰਿਆ ਸਾਡੇ ਨਾਲ। ਤੇ ਮੰਮੀ ਉਹਦਾ ਮੈਂ ਜੇ ਤੁਹਾਡੇ ਨਾਲ ਜਾਂਦੀ ਤੇ ਤੁਹਾਡਾ ਵੀ ਕੀ ਪਤਾ ਲੱਗਦਾ, ਤੁਸੀਂ ਜਾਂਦੇ ਕਿਤੇ ਜੇ ਆਉਂਦੇ ਹੋ ਕਿਤੇ ਜੇ ਤੁਸੀਂ। ਚੱਲ ਬਹੁਤੀਆਂ ਗੱਲਾਂ ਨਾ ਕਰ, ਪਾਣੀ ਲਿਆ ਘੁੱਟ, ਆ ਜਾਓ ਉੱਥੇ ਅੰਦਰ ਹੀ। ਪਾਣੀ ਤੇ ਮੈਂ ਲਿਆਉਂਦੀ ਆ। ਲੈ ਸੋਚਿਆ ਸੀ ਚਾਰ ਬਣਾ ਕੇ ਤੇ ਦੋਵੇਂ ਜੀ ਖਾ ਲਾਂਗੇ, ਵਿਹਲੇ ਹੋਵਾਂਗੇ, ਹੁਣ ਸਾਰੇ ਟੱਬਰ ਲਈ ਬਣਾਉਣੇ ਪੈਣੇ ਆ। ਬਣਾਉਂਦੀ ਆ ਮੇਰੇ ਵਾਸਤੇ ਕਿ ਨਹੀਂ? ਜੇ ਮੈਂ ਕਿਹੜੀ ਸੋਨੂੰ ਠਾਲਣ ਲੱਗੀ ਆ ਪੁੱਤ, ਮੈਨੂੰ ਵੀ ਪਤਾ ਵੀ ਚੱਲ ਸੁੱਤਾ ਵਾ ਨਿਆਣਾ, ਆ ਵੇਖ ਲੋ ਇਹਦੀਆਂ ਗੱਲਾਂ। ਹੁਣ ਆਂਦਾ ਹੁਣ ਇਹ ਸੁੱਤਾ ਹੀ ਠਾਲ ਨਾ ਦਿਓ। ਚੱਲ ਕੋਈ ਨੀ, ਹੁਣ ਦੇ ਜਮਾਨੇ ਨਾ ਹੁਣ ਇਹ ਚੰਗਾ ਚੱਲਣ ਡੇ ਆ, ਜਦੋਂ ਸਾਡਾ ਜਮਾਨਾ ਅਸੀਂ ਕੱਢ ਲਿਆ। ਕੱਢ ਤੇ ਲਿਆ ਸੀ, ਅਸੀਂ ਕਾਹਦਾ ਕੱਢ ਲਿਆ, ਸਾਡੇ ਤੇ ਕਿਤੇ ਆ ਗੱਦਾਂ ਗਲ ਗਈਆਂ, ਕਿਤੇ ਲੀੜੇ ਭਿੱਜੇ ਰਹਿੰਦੇ ਹੁੰਦੇ, ਤਿੰਨ ਨਿਆਣੇ ਪਾਲਣੇ ਸੌਖੇ ਸੀਗੇ, ਲੋਕੀ ਆਉਂਦੇ ਹੁੰਦੇ ਤੁਹਾਡੇ ਲਾਗੋਂ ਮੁਸ਼ਕ ਆਉਂਦਾ, ਸਮੈਲ ਆਉਂਦੀ ਆ। ਉਦੋਂ ਸਮਾਂ ਹੋ ਰਹੀ ਅੰਦਰ, ਹੁਣ ਤੇ ਚੱਲ ਨੈਪੀ ਆ ਗਏ ਆ, ਨੈਪੀ ਲਾਉਣ ਡੈ ਪਏ ਆ, ਤੇ ਉਦੋਂ ਕੌਣ ਕਰਦਾ ਸੀ ਇਦਾਂ ਦਾ ਕੰਮ? ਪਹਿਲੇ ਉਦੋਂ ਇਹ ਵੀ ਪਜਾਮੀ ਜੀ ਹੁੰਦੀ ਇਹਨੇ ਸੋਨੂੰ ਨੇ ਪਾਈ, ਇਹਦਾ ਰਾਹ ਜਿਹਾ ਰੱਖਿਆ ਆ ਬਾਥਰੂਮ ਆਪੇ ਕਰ ਦੇਣਾ, ਉਦਾਂ ਹੀ ਕਰਾ ਲੈਣਾ। ਨਹੀਂ ਉਹ ਜਦੋਂ ਕਰਾਉਣਾ ਕਹਿੰਦਾ ਰਾਤ ਕਿੱਥੇ ਨਿਆਣੇ ਕਰਦੇ ਹੁੰਦੇ ਸੀ, ਰਾਤ ਤੇ ਇਦਾਂ ਹੀ ਨਾ। ਤੁਸੀਂ ਰੂਮ ਬੰਨ ਦਿੰਦੇ ਸਾਡੇ ਕੇ? ਲੈ ਦੱਸ, ਨੈਪੀ ਨਹੀਂ ਹੈਗਾ ਰੂਮ ਪਤਾ ਕੀ ਬੰਨਣਾ? ਚੱਲ ਅੱਛਾ ਕੋਈ ਗੱਲ ਨਹੀਂ, ਜਿੱਦਾਂ ਉਦੋਂ ਇੰਨਾ ਪਤਾ ਸੀ ਵੀ ਰੂਮ ਬੰਨਣਾ ਕੀ ਬੰਨਣਾ ਪਤਾ, ਉਦੋਂ ਤੇ ਇਦਾਂ ਹੀ ਬਸ ਅੰਦਰ ਬਿਸਤਰਾ ਤੇ ਗਿੱਲਾ ਹੀ ਰਹਿੰਦਾ ਹੈ। ਉਹ ਗੱਲਾਂ ਗਈਆਂ ਉਹ ਨਾ ਕਰਿਆ ਕਰੋ। ਚੱਲ ਨਹੀਂ ਕਰਦੇ ਪੁੱਤ, ਉਹ ਤੇਰੀ ਗੱਲ ਚੋਂ ਗੱਲ ਕੀਤੀ ਉਦਾਂ ਤਾਂ ਨਹੀਂ ਕਰਨ ਲੱਗੇ, ਹੁਣ ਸ਼ਰਮ ਜੀ ਆਉਂਦੀ ਆ। ਲੈ ਹੁਣ ਸ਼ਰਮ ਆਉਣ ਡੈ ਪਈ ਆ। ਅੱਛਾ ਭੈਣ ਜੀ ਤੁਸੀਂ ਹੁਣ ਵਧੀਆ ਚਾਹ ਬਣਾ ਕੇ ਲਿਆਓ ਜਿੱਦਾਂ ਦੀ ਬਣਾਉਂਦੇ ਹੁੰਦੇ ਐ। ਉਦੋਂ ਮੰਮੀ ਨੂੰ ਉਦਾਂ ਵੀ ਚਾਹ ਬਣਾਉਣੀ ਲੱਗੀ ਤੇ ਕਿੰਨੇ ਕੱਪ ਬਣਾਵਾ? ਸਾਡੇ ਤੇ ਦੋ ਕੱਪ ਬਣਾ ਹਨ, ਤੁਹਾਡਾ ਸਾਨੂੰ ਪਤਾ ਨਹੀਂ, ਜਿੰਨੇ ਜਿੰਨੇ ਪੀਣੀ ਆ ਬਣਾ ਲਓ। ਸਾਰੇ ਵਾਸਤੇ ਬਣਾਉਣੀ ਆ, ਆਪਾਂ ਹੈ ਜੀ ਕਿਤੇ ਕਿੰਨੇ ਰਹਿ ਗਏ ਹਾਂ। ਨਹੀਂ ਡੈਡੀ ਜੀ ਫਿਰ ਵੀ ਪੁੱਛ ਕੇ ਬਣਾਉਣੀ ਚਾਹੀਦੀ ਨਾ ਵੀ ਕਿੰਨੇ ਕਿੰਨੇ ਪੀਣੀ ਆ। ਹੁਣ ਵੇਖ ਲਓ ਵੀ ਸਾਡੇ ਮਗਰੋਂ ਚਾਹ ਹੀ ਨਾ ਬਣਾਈ ਹੋਊਗੀ ਸਵੇਰ ਦੀ। ਬਣਾ ਲੈਣੀ ਆ ਮੰਮੀ। ਤੁਸੀਂ ਆਂਦੇ ਨਾ ਬੋਲਿਆ ਨਾ ਕਰ, ਜਦੋਂ ਐਦਾਂ ਦੀਆਂ ਕੱਚੀਆਂ ਜੀਆਂ ਗੱਲਾਂ ਕਰਦੀ ਆ ਨਾ ਉਦੋਂ ਮੈਨੂੰ ਗੁੱਸਾ ਚੜਦਾ ਈ। ਪੁੱਛਦੀ ਤੇ ਇਦਾਂ ਵਾ ਜਿੱਦਾਂ ਬੜੀ ਆਗਿਆਕਾਰੀ ਹੁੰਦੀ ਆ। ਉਹ ਹੀ ਨਾ ਕਿੰਨੇ ਕੱਪ ਬਣਾਵਾਂ, ਲੈ ਦੱਸ ਅਸੀਂ ਕਿਹੜੇ ਚੀਜ਼ਾਂ ਨੂੰ ਜਿੰਦੇ ਮਾਰ ਕੇ ਗਏ ਆ। ਚਾਰ ਤੇ ਬਣ ਗਏ ਤੇ ਮੰਮੀ ਡੈਡੀ ਹੁਣੀ ਵੀ ਆ ਗਏ, ਉਹਨਾਂ ਦੇ ਵੀ ਬਣਾਉਣੇ ਪੈਣੇ ਆ, ਤੇ ਮਨਜੋਤ ਭਾਜੀ ਵੀ ਲੱਗਦੇ ਇੱਥੇ ਹੀ ਆ, ਉਹਨਾਂ ਵਾਸਤੇ ਵੀ ਬਣਾ ਲੈਣੀ ਆ, ਤੇ ਸਮਰੀਤ ਵਾਸਤੇ ਵੀ ਬਣਾ ਲੈਣੀ ਆ, ਤੇ ਗੁਰਵਰ ਨੇ ਉਦਾਂ ਹੀ ਨਹੀਂ ਖਾਣਾ, ਉਦਾਂ ਸੁੱਤਾ ਆ ਉਹ, ਸ਼ੁਭਦੀਪ ਨੇ ਵੀ ਨਹੀਂ ਖਾਣਾ। ਇੱਦਾਂ ਕਰਦੀ ਆ 12 ਕੁ ਬਣਾ ਲੈਣੀ ਆ, ਬਣਨੇ ਵੀ 12 ਹੀ ਆ, ਇਹਨਾਂ ਸਾਰਿਆਂ ਵਾਸਤੇ ਤੇ ਬਣ ਗਏ, ਇਕੱਲਾ ਇਹਦੇ ਵਾਸਤੇ ਨਹੀਂ ਬਣਾਉਣਾ। ਮੇਰੇ ਮੁੰਡੇ ਨੂੰ ਗੱਲਾਂ ਕਰਦੀ ਆ ਨਾ, ਹੁਣ ਮੈਂ ਵੀ ਇਹਨੂੰ ਖਾਣ ਨੂੰ ਬਣਾ ਕੇ ਦਿਆ ਕਰਨਾ ਕੋਈ।
ਇਹ ਕੀ ਬਣ ਡਿਆ? ਇਹ ਸੈਂਡਵਿਚ ਬਣ ਡਿਆ ਬ੍ਰੈਡਾਂ ਦੇ। ਉਹ ਕੀ ਹੁੰਦਾ ਵਾ? ਤੈਨੂੰ ਸੈਂਡਵਿਚ ਦਾ ਨੀ ਪਤਾ? ਮੈਨੂੰ ਨਹੀਂ ਪਤਾ, ਮੈਂ ਤਾਂ ਵੇਖੇ ਪਹਿਲੀ ਵਾਰੀ। ਤੂੰ ਕਿਹੜੇ ਜ਼ਮਾਨੇ ਚ ਫਿਰ ਲਿਆ? ਕੀ ਮਤਲਬ ਤੇਰਾ? ਤੈਨੂੰ ਪਹਿਲਾਂ ਨੀ ਪਤਾ ਲੱਗਾ ਕਦੀ? ਉਹ ਸਾਡੇ ਵਾਰੀ ਤੇ ਖੂਹ ਦੇ ਲੋਕੀ ਟਿੰਡਾ ਪਾਣੀ ਕੱਢ ਦਿੰਦੇ। ਇਹ ਮੇਰੇ ਹਿਸਾਬ ਨਾਲ ਬਹੁਤ ਪੁਰਾਣਾ ਹੀ ਆ। ਇਹ ਤਾਂ ਬਹੁਤ ਪੁਰਾਣਾ ਲੱਗਦਾ ਮੈਨੂੰ। ਮੈਂ ਤੇ 1960 ਦਾ ਵਾ। ਲੈ ਫਿਰ ਇਹਨੂੰ ਅਸੀਂ ਬਾਪੂ ਜੀ ਕਿਆ ਕਰੀਏ? ਅਸੀਂ ਤਾਂ ਐਵੇਂ ਆਪਣੇ ਹਾਨ ਪਰਵਾਨ ਦਾ ਸਮਝਣ ਜਾਂਦੇ ਇਹਨੂੰ। ਉਦੋਂ ਸਾਡੀ ਮੰਮੀ ਜਦੋਂ ਰੋਟੀਆਂ ਲਾਉਂਦੀ ਸੀ ਨਾ, ਫੁੱਕਾ ਮਾਰ ਮਾਰ ਪੈਪ ਲਾ ਕੇ ਬਲਦੀ ਹੁੰਦੀ ਚੁੱਲੇ ਚ। ਚੁੱਲੇ ਚ ਕੱਚੇ ਘਰ ਹੁੰਦੇ। ਲੈ ਦੱਸ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰੀ ਜਾਂਦਾ? ਇਹਨਾਂ ਨੂੰ ਸੈਂਡਵਿਚ ਕਹਿੰਦੇ ਆ, ਵਿੱਚ ਲਾਉਂਦੇ ਇਹਦੇ ਸੌਸ, ਵਿੱਚ ਮਿਓਨੀਜ਼, ਵਿੱਚ ਪਾਸਤਾ ਸੌਸ। ਸਾਡੇ ਘਰ ਤੇ ਆਹੀ ਕੁਛ ਹੀ ਲੱਗਦਾ ਈ ਓ, ਬਾਕੀ ਹੋਰ ਕਿਸੇ ਦਾ ਲੱਗਦਾ ਕੀ ਲੱਗਦਾ ਪਤਾ ਨਹੀਂ। ਅਰੇ ਮੈਂ ਲੈ ਕੇ ਆਵਾਂ? ਮੇਰਾ ਤਾਂ ਬਰਾਜੀ ਇੱਕ ਆਂਡਿਆ ਏ। ਲੈ ਕੇ ਆਵਾਂ? ਨਾ ਨਾ, ਸਾਡੇ ਘਰ ਗਿਣ ਗਿਣ ਕੇ ਰੋਟੀਆਂ ਪੱਕਦੀਆਂ, ਜਦੋਂ ਇਹ ਪਕਾਉਣ ਦੋਵੇਂ ਜਾਣੀਆਂ ਤੇ ਗਿਣ ਗਿਣ ਕੇ ਹੀ ਸੈਂਡਵਿਚ ਬਣਦੇ ਆ। ਇਹਨਾਂ ਨੇ ਦੋਹਰੇ ਦੋਹਰੇ ਤੇਰੇ ਤੇਰੇ ਇਹਨਾਂ ਨੂੰ ਚੁੱਕ ਚੁੱਕ ਵੇਖਣਾ ਕਿੰਨੇ ਬਣ ਗਏ ਕਿੰਨੇ ਰਹਿ ਗਏ। ਦੋ ਦੋ ਇੱਕ ਜੀ ਦੇ ਬਣਦੇ ਆ, ਅਗਰ ਗਲਤੀ ਨਾਲ ਇੱਕ ਵੀ ਨਾ ਚੁੱਕ ਲਿਆ। ਸਾਡੀ ਮੰਮੀ ਤੇ ਖੁੱਲੀਆਂ ਰੋਟੀਆਂ ਲਾਉਂਦੀ, ਕਦੀ ਮੇਰੇ ਯਾਰ ਆਏ ਨਾ ਕਦੀ ਕੋਈ ਆਏ ਨਾ, ਸਭ ਨੂੰ ਖਾਈਦਾ ਪੀਦਾ ਏ। ਸਾਡੇ ਘਰ ਵੀ ਏਦਾਂ ਹੀ ਬਣਦੀਆਂ। ਤੇ ਸਾਡੇ ਘਰ ਤੇ ਗਿਣਤੀ ਗਿਣਤੀ ਦੀ ਕੋਈ ਗੱਲ ਨੀ ਹੁੰਦੀ, ਗਿਣ ਕੇ ਰੋਟੀ ਖਾਵੇ ਤਾਂ ਬਹੁਤ ਮਾਰੀਆਂ ਹੁੰਦੀਆਂ। ਹੁਣ ਮੈਨੂੰ ਨੀ ਪਤਾ ਭਰਾਵਾ, ਮੈਂ ਤੇ ਆਹ ਵਾਲੇ ਘਰ ਦੀ ਗੱਲ ਦੱਸਣਗੀ ਤੈਨੂੰ। ਇੱਥੇ ਤਾਂ ਬਣਦਾ ਹੀ ਗਿਣਤੀ ਦੀਆਂ ਚੀਜ਼ਾਂ ਤੇ ਹੱਥ ਨੀ ਲਾਉਣਾ ਕਿਸਨੇ ਵੀ। ਮੇਰਾ ਤਾਂ ਬੜਾ ਜੀ ਕਰਨ ਡਿਆ। ਜੀ ਕਹਿੰਦਾ ਕੋਈ ਨੀ ਕੰਟਰੋਲ ਕਰਦਾ, ਜੇ ਤੂੰ ਖਾ ਕੇ ਨੀ ਵੇਖਿਆ ਤੇ ਉਹ ਕੀ ਕਹਿੰਦੇ ਹੁੰਦੇ ਆ, ਜਿਹਨੇ ਸਵਾਦ ਹੀ ਨੀ ਵੇਖਿਆ ਤੇ ਉਹ ਰਾਹ ਕਾਹਤੋਂ ਜਾਣਾ ਤੂੰ। ਇਹਦੀ ਗੱਲ ਹੈਗੀ, ਪਰ ਭੁੱਖ ਬੜੀ ਲੱਗੀ, ਚੀਜ਼ ਕਰਨਾ ਹੀ ਹੈ। ਨਾ ਚੁੱਕੀ ਨਾ ਚੁੱਕੀ, ਜੇ ਉਹਨੇ ਵੇਖ ਲੈਣਾ ਉਹਦੀ ਨਿਗਾਹ ਬੜੀ ਤੇਜ਼ ਹੀ, ਉਹਨੇ ਟੇਢੀ ਜੀ ਅੱਖ ਕਰਕੇ ਵੇਖ ਲੈਣਾ ਹੀ। ਕੁਛ ਨੀ ਮਿਲਦੀ ਹਾਂ, ਕਿਹੜਾ ਦੇਖਣੇ ਉਹਨਾਂ ਨੂੰ ਪੜ ਜਾਣਾ ਇੱਕ। ਸੁਮਨ ਕਿੰਨੇ ਬਣਾਉਣੇ ਬ੍ਰੈਡ? ਬ੍ਰੈਡ 8 ਤੇ ਬਣ ਗਏ ਆ ਤੇ 4 ਹੋਰ ਬਣਾਉਣੇ ਆ। 12 ਹੀ ਬਣਾਉਣੇ ਆ। ਅੱਛਾ 12 ਬਣਾਉਣੇ ਆ? ਹਾਂ। ਅੱਛਾ 4 ਤੁਹਾਡੇ ਦੋਵਾਂ ਜੀਆਂ ਦੇ ਤੇ 4 ਮੰਮੀ ਡੈਡੀ ਹੁਣਾਂ ਦੇ, 8 ਹੋ ਗਏ ਤੇ 4 ਪਿਓ ਧੀ ਦੇ, 12। ਅੱਛਾ ਮਤਲਬ ਸਾਡਾ ਮਾਂ ਪੁੱਤ ਦਾ ਕੋਈ ਹੈ ਹੀ ਨਹੀਂ ਵਿੱਚ, ਤੁਹਾਡੇ ਸਾਰੇ ਜੀਆਂ ਦੇ ਹੈਗੇ ਬ੍ਰੈਡ ਵਿੱਚ। 12 ਹੀ ਪੈਕਟ ਚੋਂ ਨਿਕਲੇ ਤੇ 12 ਹੀ ਮੈਂ ਬਣਾ ਤੇ। ਠੀਕ ਆ ਫਿਰ 12 ਨਿਕਲੇ ਤੇ ਆਲਾ ਫਿਰ ਦੁੱਧ ਤੇ ਹੁਣ ਚਾਹ ਵੱਲ ਬਣਾ ਝਾਕੀ ਕਿਤੇ, ਚਾਹ ਵੀ ਨਹੀਂ ਹੈਗੀ ਹੁਣ ਤੇਰੇ ਵਾਸਤੇ। ਠੀਕ ਆ ਕਿਤੇ ਇੱਧਰ ਵੇਖ ਨਾ ਲਈ, ਹੁਣ ਭਾਵੇਂ ਮੈਂ ਔਖੀ ਹੋ ਕੇ ਪੀਵਾਂ ਤੇ ਭਾਵੇਂ ਮੈਂ ਪੀਵਾਂ ਸੌਖੀ ਹੋ ਕੇ, ਮੈਂ ਆਪੇ ਬਣਾ ਲੂੰਗੀ। ਤੇ ਦੁੱਧ ਨਹੀਂ ਹੈਗਾ ਬਣਾਉਣਾ, ਕਿੱਥੋਂ ਆ ਹੁਣ ਦੁੱਧ ਤੇ ਆਵੇ, ਮੈਂ ਸਾਰਾ ਹੀ ਭਰਤਾ। ਹੁਣ ਜੇ ਅਣਖ ਵਾਲੀ ਹੈ ਨਾ ਤੇ ਪੀਵੀ ਨਾ, ਭਾਵੇਂ ਮੈਂ ਸ਼ਿੰਕ ਚ ਜਾ ਰੋਣਾ, ਬਾਕੀ ਭਾਵੇਂ ਮੱਝਾਂ ਘੜੀ ਪਾ ਗਿਆ ਵਾ। ਨਹੀਂ ਪੀਂਦੀ, ਪੀ ਲਾ ਤੂੰ ਜਿੰਨੀ ਪੀਤੀ ਹੈ। ਇਹੋ ਜਿਹੇ ਸ਼ਰੀਕੇ ਪਾ ਗਿਆ ਨਹੀਂ ਨਾ, ਮਾਂ ਨੂੰ ਦੇਖਦੀ ਆ ਉਹਦੇ ਸਾਹਮਣੇ ਤੂੰ ਚੰਗੀ ਬਣ ਜਾਂਦੀ ਹੈ। ਕਿੱਦਾਂ ਪੂਰੇ ਪੂਰੇ ਗਿਣ ਕੇ ਰੱਖੇ ਵੀ 12 ਹੀ ਬਣਾਉਣੇ ਆ ਆਪਾਂ ਬ੍ਰੈਡ, ਮੈਂ ਕੋਈ ਚੀਜ਼ ਬਣਾਉਣੀ ਹੁੰਦੀ ਤਾਂ ਨਾ ਬਣਾਉਣੀ, ਤੇ ਵੇਖੀ ਕਿੱਦਾਂ ਬਸ ਸੇਕ ਲੱਗਣਾ ਸੀ ਤੁਹਾਨੂੰ ਦੋਵਾਂ ਜੀਆਂ ਨੂੰ। ਇੱਧਰ ਨਾ ਚਾਹ ਵੱਲ ਵੀ ਹੁਣ ਕਿਤੇ ਆ ਚੀਜ਼ ਤੈਨੂੰ ਮੈਂ ਦੱਸਿਆ ਹੀ ਗੱਲਾਂ ਮਾਰਦੀ ਆ। ਨਹੀਂ ਆਉਂਦੀ, ਤੂੰ ਆਪਣੀ ਚਾਹ ਆਪਣੇ ਕੋਲ ਹੀ ਰੱਖ ਤੇ ਆਪਣੇ ਬ੍ਰੈਡ ਵੀ ਫਿਰ ਆਪਣੇ ਕੋਲ ਹੀ ਰੱਖ ਰੱਖੇ। ਬ੍ਰੈਡ ਕੋਲ ਨਹੀਂ ਰਹਿਣੇ, ਬ੍ਰੈਡ ਖਾਦੇ ਜਾਣੇ। ਆਹੇ ਬ੍ਰੈਡ ਕਿੱਥੇ ਗਏ? ਤਿੰਨ ਗੈਬ ਵਿੱਚ ਤਿੰਨ ਕਿੱਥੇ ਗਏ?
ਖਾ ਲਏ ਹੋਣੇ ਆ। ਬ੍ਰੈਡ ਕਿੱਥੇ ਗਏ? ਕੀ ਬੱਕਰੀ ਵਾਂਗ ਤੂੰ ਮੂੰਹ ਮਾਰੀ ਜਾਂਦੇ? ਕੀ ਕੀ ਤੇ ਬ੍ਰੈਡ ਤਾਂ ਤੁਸੀਂ ਚੁੱਕ ਲਿਆ ਜੇ। ਨਹੀਂ ਬੱਕਰੀ ਵਾਂਗ ਮੂੰਹ ਮਾਰਨ ਦਾ ਕੀ ਮਤਲਬ? ਮੈਂ ਲੋੜ ਪਈ ਜੇ ਬ੍ਰੈਡ ਚੁੱਕਣ ਦੀ, ਮੈਂ ਤੇਰੇ ਵਰਗੀ ਆ। ਤੋਰ ਕੀ ਆ? ਨਹੀਂ ਮੇਰੇ ਵਰਗੀ ਕੀ ਤੂੰ ਮੇਰਾ ਵੇਖ ਲਿਆ? ਤੇ ਤੂੰ ਹੀ ਮੈਨੂੰ ਕਹਿ ਰਿਹਾ ਮੈਂ ਚੁੱਕ ਰਹੀ ਇੱਥੇ ਵੀ ਮੈਂ ਖਾਣੀ ਆ। ਮੂੰਹ ਤੇ ਮਾਰਨ ਦੀ ਆ ਵੇ। ਮੈਂ ਸ਼ਾਲੇ ਤੇ ਜਾਦੂ ਆ ਕਿ ਮੈਂ ਇੱਧਰ ਦੀ ਆ ਕੇ ਚੁੱਕ ਕੇ ਖਾ ਗਈ, ਨਾਲੇ ਮੈਂ ਡੈਣ ਨੂੰ ਤੇ ਮੈਂ ਇੱਕ ਵਾਰੀ ਖਾ ਗਈ ਆ। ਤੇਰਾ ਕੀ ਪਤਾ ਹੋਵੇ? ਮੈਨੂੰ ਪਤਾ ਮੇਰਾ ਇੱਧਰ ਧਿਆਨ ਹੀ, ਤੂੰ ਇੱਥੋਂ ਤਿੰਨ ਕੱਢ ਕੇ ਤੇ ਖਾ ਗਈ ਆ। ਆਹੋ ਕਿਤੇ ਮੇਰੇ ਤੇ ਮਸ਼ੀਨ ਲੱਗੀ ਆ, ਮੈਂ ਇੱਕੋ ਵਾਰੀ ਤਿੰਨ ਚੁੱਕਣੇ ਅੰਦਰ ਨੂੰ ਘੱਟ ਲੈਣੇ ਹਨਾ। ਤਾਂ ਤੇ ਗੇਂਡੀ ਹੈ, ਬਾਲਾ ਹੀ ਬਣਾਏ ਆ ਇਦਾਂ ਦਾ ਕਰਕੇ ਉਹਦੇ ਉਹਦੇ। ਜਦੋਂ ਤੂੰ ਕਿਹਾ ਬਾਰਾਂ ਬਣਾਏ ਤੇ ਮੈਨੂੰ ਵੀ ਲੋੜ ਪਈ ਤੇਰੇ ਚੁੱਕ। ਫਿਰ ਉਹ ਕਿੱਥੇ ਗਏ? ਤੇ ਮੈਨੂੰ ਕੀ ਪਤਾ, ਖਾ ਗਈ ਹੋਏਗੀ ਆ। ਪਰ ਤੈਨੂੰ ਤਾਂ ਉਹਦਾ ਲੜਾਈ ਵਾਸਤੇ ਬਣਨਾ ਚਾਹੀਦਾ, ਇੱਥੇ ਖਲੋਤੀ ਖਲੋਤੀ ਖਾ ਕੇ ਮੇਰੇ ਵੱਲ ਨਹੀਂ ਹੁੰਦਾ। ਭੁੱਖੀ ਬੜੀ ਤੂੰ, ਤੂੰ ਵੇਖਿਆ ਤੂੰ ਵੀ ਕੁਛ ਨਹੀਂ ਹੁੰਦਾ। ਸੁਣ ਮੇਰੀ ਗੱਲ ਦਾ, ਮੈਂ ਨਹੀਂ ਇੰਨਾ ਕੁਛ ਖਾਂਦੀ ਹੁੰਦੀ। ਖਾ ਕੇ ਇੱਥੇ ਤੇ ਨਾ ਮੇਰੇ ਵੱਲ ਖਾਣੀ, ਮੈਂ ਤੇ ਆ ਖਾਣੀ ਇੱਥੇ ਪਈਆਂ ਮੂੰਗਫਲੀ। ਇੱਧਰ ਕੀ ਪਤਾ ਇਹ ਲਾਗੇ ਉਦਾਂ ਰੱਖ ਲਿਆ ਹੋਏ ਤੇ ਉਹ ਉਧਰ ਚੋਰੀ ਚੋਰੀ ਚੁੱਕ ਕੇ ਤੇ ਖਾਣ ਡਈ ਹੋਏ। ਤੇਰੇ ਖਾਣੇ ਬਣੇ ਤੇ ਮੈਂ ਕਦੀ ਵੀ ਨਾ ਖਾਣਾ। ਆਹੋ ਰੱਖਿਆ ਗਏ, ਮੈਂ ਮੰਗਾ ਕੇ ਨਾ ਫਿਰ ਇਹਦੇ ਆਪੇ ਬਣਾ ਕੇ ਖਾਣੂ ਜੇ ਮੈਂ ਕਾਲੇ ਆ, ਨਾਲੇ ਇਦਾਂ ਨਹੀਂ ਮੈਂ ਖਾਣੀ। ਤੇਰੇ ਹੱਥ ਹੈ ਤੇ ਰੋਟੀ ਪਾਣੀ ਜਿਹੜਾ ਬਣਿਆ ਉਹ ਕੇ ਖਾਣੀ ਨਹੀਂ ਮੈਂ ਤੇ ਆਪਣਾ ਖਾਣੀ ਆ ਖਾਣੀ। ਹੋਰ ਗੱਲਾਂ ਮਾਰ ਤੇ ਭੰਡੀ ਹੋਈ ਰੋਟੀ ਤੇ ਕਹਿੰਦੀ ਗਰਮ ਗਰਮ ਖਾ ਲਾਂ, ਗਰਮ ਗਰਮ ਖਾ ਲਾਂ। ਨਿੱਕੇ ਥਾਂ ਆਣਾ ਤੇ ਨਿੱਕੇ ਥਾਂ ਹੀ ਰਹਿ, ਖਾਣੀ ਚੜ੍ਹਨ ਦੀ ਲੋੜ ਨਹੀਂ। ਨਿੱਕੇ ਥਾਂ ਹੀ ਹੈ, ਤੂੰ ਵੀ ਵੱਡੇ ਥਾਂ ਕਰਵਾਇਆ, ਬੋਲਣ ਡਾਇਆ ਤੂੰ ਗਾੜੀ, ਨਹੀਂ ਤੇ ਮੈਂ ਨਹੀਂ ਬੋਲਦੀ ਹੁੰਦੀ। ਨਾ ਤੂੰ ਤੇ ਕਿਤੇ ਚੁੱਕ ਕੀਤੀ, ਤੂੰ ਤੇ ਨਿਆਣੀ ਆ, ਮੈਂ ਨੂੰ ਬੋਲਣ ਡਾਇਆ, ਮੇਰੇ ਕੋ ਬੋਲਣਾ ਸਿੱਖਿਆ ਤੂੰ ਕਿ ਇਹਦਾ ਤਾਂ ਥੱਕੀ ਆਈ। ਚੱਲ ਚੱਲ ਬਣਾ ਚਾਹ ਤੇ ਪੀ। ਜਾ ਜਾ ਨਿੱਕੇ ਥਾਂ, ਨਿੱਕੇ ਥਾਂ ਰਹੀ ਤੇ ਸਾਣੇ ਚੜੀ ਨਾ ਤੇ ਮੈਨੂੰ ਲਾਉਣਾ ਆਉਂਦਾ ਸਾਣੇ ਚੜੀ ਨੂੰ। ਚੱਲ ਗਈ ਹੁਣ ਜੇ ਸੱਚੀਆਂ ਸੁਣਾਉਣ ਲੱਗੀ ਆ ਤੇ ਮੈਂ ਵੇਖ ਲੋ ਹੁਣ ਚਾਹ ਧਰੀ ਕੇ ਮਾਂ ਧਰੇ ਆ, ਉੱਥੇ ਹੀ ਬੋਲੀ ਜਾਂਦੀਆਂ ਵਾ ਕਿ ਗਾਂ ਚਾਹ ਲੈ ਕੇ ਨਹੀਂ ਘੁੱਟ ਆਈਆਂ, ਅਸੀਂ ਨਹੀਂ ਕੋਈ ਕੰਮ ਕਰਨਾ, ਘਰ ਲੋਕਾਂ ਕੱਢਣਾ ਵਾ। ਆ ਲੋ ਗਰਮ ਗਰਮ ਸੈਂਡਵਿਚ ਖਾਓ। ਸੈਂਡਵਿਚ ਬਣਾ ਲਿਆਂਦੇ ਤਾਂ ਚਿਰ ਲੱਗਾ ਚਾਹ ਨੂੰ। ਹਾਂਜੀ ਆਹ ਤੇ ਮੈਂ ਹੀ ਕਿਹਾ ਸੀ ਕਿ ਮੈਂ ਬਣਾ ਕੇ ਲਿਆ, ਪਰੋਣੇ ਤੇ ਆਈ। ਮੰਮੀ ਉਦਾਂ ਹੈਰਾਨਗੀ ਵਾਲੀ ਗੱਲ ਵਾ। ਹਾਂ ਤੇ ਇਹ ਚ ਤਿੰਨ ਸੈਂਡਵਿਚ ਗਾਇਬ ਹੋ ਗਏ ਤੇ ਪੁੱਤ ਤੁਸੀਂ ਤੇ ਬਣਾਉਣ ਡਈਆਂ ਰਸੋਈ ਚ, ਤੁਹਾਨੂੰ ਪਤਾ ਹੋਊਗਾ ਤਿੰਨ ਕਿੱਦਾਂ ਗਾਇਬ ਹੋ ਗਏ। ਪਤਾ ਨਹੀਂ ਕਿੱਦਾਂ ਹੋ ਗਏ, ਉਦਾਂ ਤਾਂ ਸੁੱਖ ਵੀ ਡਈ ਚਾਹ ਬਣਾਉਣ ਤਾਂ ਉਹਨੇ ਖਾ ਲਿਆ। ਸੁੱਖ ਨੇ ਖਾ ਲਿਆ ਹੋਣਗੇ। ਚੱਲ ਖਾ ਲਿਆ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਪੁੱਤ, ਫਿਰ ਕੀ ਖਾ ਲਿਆ ਤੇ? ਨਹੀਂ ਜਦੋਂ ਮੈਂ ਮਨਾ ਕੀਤਾ ਵੀ ਨਹੀਂ ਇੱਕ ਦੂਜੇ ਦੀ ਚੀਜ਼ ਫੜਨੀ ਤੇ ਕਿਉਂ ਖਾ ਲਏ ਹੋਣਗੇ ਭਲਾ? ਉਹ ਰਹਿ ਸਕਦੀ ਆ ਇਹੋ ਜਿਹੀਆਂ ਚੀਜ਼ਾਂ ਵਿੱਚ? ਇਦਾਂ ਤਾਂ ਉਹਦੀਆਂ ਬੜੀਆਂ ਲਾਲਾ ਲਮਕਦੀਆਂ ਬਣਾਉਣ ਲੱਗਿਆ ਹੁਣ। ਚੱਲ ਸ਼ੱਕ ਕੋਈ ਨਹੀਂ, ਨਹੀਂ ਪਰ ਮੰਮੀ 12 ਨਿਕਲੇ ਇਹ ਵੀ 12 ਬਣਾ ਲਏ, ਇੱਕ ਪੂਰਾ ਪੈਕਟ ਹੀ ਇੱਕ ਅੱਧਾ ਸੀਗਾ। ਅੱਛਾ ਤੇ ਮੈਂ ਉਹਨੇ ਹੀ ਬਣਾ ਲਏ, ਹੁਣ ਥੋੜੇ ਰਹਿ ਗਏ ਆ। ਤੇ ਹੁਣ ਤਿੰਨ ਵਿੱਚੋਂ ਗਾਇਬ ਹੋ ਗਏ ਤੇ ਉਹਨੂੰ ਮੈਂ ਪੁੱਛਿਆ, ਉਹ ਕਹਿੰਦੀ ਮੈਂ ਤੇ ਖਾਦੇ ਨਹੀਂ। ਇਹ ਤੇ ਚੱਲ ਗਈ ਆ ਤੇ ਪਰ ਉਹਦੇ ਤਾਂ ਤਿੰਨ ਬ੍ਰੈਡ ਖਾ ਕੌਣ ਗਿਆ? ਉਦਾਂ ਝੂਠ ਤੇ ਬੋਲਦੀ ਨਹੀਂ ਹੁੰਦੀ। ਕਿਤੇ ਭੂਤ ਤੇ ਨਹੀਂ ਤਿੰਨ ਬ੍ਰੈਡ ਖਾ ਗਏ? ਪਰ ਭੂਤ ਨੇ ਵੀ ਇੱਕੋ ਵਾਰੀ ਤਿੰਨ ਬ੍ਰੈਡ ਥੋੜੀ ਖਾ ਜਾਣੇ। ਇਹ ਵਾਹਿਗੁਰੂ 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 ਐਵੇਂ ਸੋਚਣ ਡੀ ਹੋਵਾਂ ਮੈਂ, ਦਬ ਦਬ ਚਾਹ ਪਾ ਕੇ ਲੈ ਕੇ ਜਾਵਾਂ। ਮੰਮੀ ਹੋਰਾਂ ਨੂੰ ਤੇ ਉਸੇ ਟਾਈਮ ਕਹਿਣ ਡਿਆ ਪੈਣਾ ਸੈਂਡਵਿਚ ਪਹਿਲੋਂ ਆ ਗਏ ਤੇ ਚਾਹ ਤੇਰੀ ਤੇ ਆਈ ਨਹੀਂ, ਤੇ ਮੇਰਾ ਗੈਸ ਵੀ ਸਲੋ ਗਿਆ ਤੇ ਭੂਤ ਨੇ ਤੇ ਨਹੀਂ ਕਰਤਾ ਜਿਹੜਾ ਬਾਲਾ ਨਹੀਂ ਆਉਣ ਡਿਆ। ਉਹ ਤਾਂ ਸੋਚਣ ਵਾਲੀ ਗੱਲ ਵਾ, ਉਹ ਤੇ ਮੇਰੇ ਲਾਗੇ ਬ੍ਰੈਡ ਗਿਣਨ ਨਹੀਂ ਡਈ ਸੀ। ਹੈ ਵੀ ਨਹੀਂ ਕਿਤੇ ਹੋਰ ਪਏ, ਕੀ ਪਤਾ ਕਿੱਥੇ ਚਲ ਗਏ, ਰੱਬ ਹੀ ਜਾਣੇ ਕਿੱਧਰ ਨੂੰ ਗਏ ਉਹ। ਤੇ ਐਵੇਂ ਰਸੋਈ ਚ ਆਈ ਨਾ ਹੀ ਲੱਗਣ ਵਾਲੀ ਗੱਲ ਹੋ ਗਈ।
ਕੋਈ ਗੱਲ ਨੀ ਗੀ, ਤੂੰ ਵੀ ਨਾ ਗੱਲ ਨੂੰ ਇੰਨਾ ਚੁੱਕਿਆ ਨਾ ਤਾਂ ਕੋਈ ਗੱਲ ਨੀ ਗੀ। ਚੁੱਕਣ ਵਾਲੀ ਗੱਲ ਕਿਆ ਬੋਲਦੀ ਫਿਰ ਕਿੱਦਾਂ ਫਿਰ ਕਿੱਦਾਂ ਹੱਥ ਲਾਉਂਦੀ ਆਲੋ ਚਨਾ ਕੇ ਦੇਖੋ ਜਦੋਂ ਉਹਨੂੰ ਪਤਾ ਵਾ ਕੀ ਹੈ ਕੀ ਇੱਥੇ ਕਰਨਾ ਵਾ ਵੀ ਨਹੀਂ ਗੀ ਸਾਡੇ ਹੁਣ ਦਈ ਮਾਂ ਰਾਣੀ ਬਣਾਉਣ ਪੁੱਤ ਚਾਹ ਹੀ ਕਿ ਮਾਂ ਹੀ ਮੰਮੀ ਮੈਂ ਕਿੰਨਾ ਚਿਰ ਖਲੋਤੀ ਦੀ ਗੈਸ ਘੱਟ ਕਰ ਲਿਆ ਮੈਨੂੰ ਚੇਤਾ ਭੁੱਲ ਗਿਆ ਵੇਖਣ ਦਾ ਤੇ ਪੀ ਲਓ ਹੁਣ ਚਾਹ ਫਿਰ ਇਹਨਾਂ ਦੇ ਸੋਨੂ ਦੀ ਤੇ ਇਹਨਾਂ ਦੇ ਸੁਮਨ ਦੀ ਚਾਹ ਡੈਡੀ ਉਹਨਾਂ ਨੇ ਵੀ ਪੁੱਛੋ ਵੀ ਮੇਰੇ ਲਈ ਬ੍ਰੈਡ ਕਿੱਥੇ ਆ ਉਹ ਕਹਿੰਦੀ ਹੈ ਕਿਣ ਕੇ ਮੈਂ 12 ਹੀ ਬਣਾਉਣੀ ਆ ਤੇ ਫਿਰ ਮੈਂ ਵੀ ਚਾਹ ਨਹੀਂ ਕੀ ਬਣਾਈ ਹਾਏ ਉਹ ਤਾਂ ਕਹਿਣੀ ਤਿੰਨ ਬ੍ਰੈਡ ਉੱਡ ਗਏ ਵਿੱਚੋਂ ਮੰਮੀ ਉੱਡੇ ਆਟਿਆਂ ਦਾ ਨਹੀਂ ਮੈਨੂੰ ਪਤਾ ਉਹ ਕਹਿੰਦੀ ਹੈ ਬਣਾਉਣੇ ਹੀ ਮੈਂ 12 ਵਾਂ ਮੰਮੀ ਮੈਂ 12 ਕੇ ਨਹੀਂ ਬਣਾਉਣਾ ਬਣੇ ਹੀ 12 ਆ ਸਾਹਮਣੇ ਵੀ ਮੰਮੀ ਇਹਨਾਂ ਦੇ ਸਾਹਮਣੇ ਤੂੰ ਚੰਗੀ ਬਣ ਜਾਂਦੀ ਆ ਹੁਣ ਖਾਲਾ ਤੇ ਰਸੋਈ ਚ ਹਾ ਗੱਲ ਤੂੰ ਮੈਨੂੰ ਇੱਕ ਵਾਰੀ ਵੀ ਨਹੀਂ ਕਹੀ ਵੀ ਲੈ ਫੜ ਸੁੱਕ ਖਾਲਾ ਦੀਦੀ ਤੇ ਮੰਮੀ ਮੈਂ ਬਣਾ ਕੇ ਲਿਆਂਦੇ ਸਾਰਿਆਂ ਵਾਸਤੇ ਬਣਾ ਕੇ ਲਿਆਂਦੇ ਆ ਹੁਣ ਸੌਖੀ ਹੋ ਗਈ ਆ ਉੱਥੇ ਹੀ ਹੋਰ ਦੋ ਗੱਲਾਂ ਬਾਤਾਂ ਕਰ ਲੈਂਦੀਆਂ ਹੋਰ ਇੱਕ ਦਿਨ ਜੂੰਡੇ ਖਿੱਚ ਲੈਂਦੀਆਂ ਉਹ ਚਾਹ ਘੁੱਟ ਨੂੰ ਬੈਠਾ ਉਹ ਚਲ ਗਿਆ ਸੜਿਆ ਬਲਿਆ ਉਦਾਂ ਹੀ ਤੁਹਾਡੀ ਕਲਾ ਨੇ ਪਤਾ ਨਹੀਂ ਕੀ ਕਰਨਾ ਆ ਲੈ ਲਓ ਮੈਂ ਵੀ ਨਹੀਂ ਪੀਣੀ ਦਵਾ ਹੋ ਜਾ ਨਾਲੇ ਹਿਸਾਬ ਹੋ ਗਿਆ ਮੰਮੀ ਬਰਾਬਰ ਉਹਨੇ ਬ੍ਰੈਡ ਨਹੀਂ ਦਿੱਤੀ ਉਹਨੇ ਚਾਹ ਨਹੀਂ ਦਿੱਤੀ ਲਓ ਆਪਾਂ ਆਪਣਾ ਕੰਮ ਕਰੋ ਪਰ ਪਿਓ ਤੇ ਦੁਖੀ ਹੋ ਗਿਆ ਨਾ ਗੱਲਾਂ ਸੁਣ ਸੁਣ ਕੇ ਰੋਜ਼ ਦਿਹਾੜੀ ਇਹੋ ਕਲਾ ਇਹਨਾਂ ਦੀ ਰੋਜ਼ ਦਿਹਾੜੀ ਕੁੱਤੀ ਚੀਕਾ ਆਇਓ ਇਹਨਾਂ ਦਾ ਲੈ ਜਾਓ ਚਾਹ ਤੇ ਜਿੰਨੇ ਬਣਨੇ ਉਨੇ ਹੀ ਬਣਾਉਣੇ ਮੈਂ ਤੇ ਖਾ ਲਏ ਵਿੱਚੋਂ ਪਰ ਉਹ ਮੰਨਦੀ ਹੋ ਜਾਂਦੀ ਮੈਨੂੰ ਦਿੱਤਾ ਹੀ ਨਹੀਂ ਕੋਈ ਮੇਰੇ ਵਾਸਤੇ ਬਣਾਇਆ ਹੀ ਕੋਈ ਨਹੀਂਗਾ ਤੇ ਖਾਦਾ ਕਿਹਨੇ ਉਹਨੇ ਖਾਦੇ ਆ ਕੀ ਪਤਾ ਮੈਨੂੰ ਕਿੰਨੇ ਖਾਦੇ ਉਹਨੇ ਖਾਦੇ ਨੇ ਉਹ ਮੇਰੇ ਲੱਗੇ ਹੋਰ ਤਾਂ ਕੋਈ ਹੈ ਹੀ ਨਹੀਂ ਆਹ ਹੈ ਦੇਖੋ ਦੋਵੇਂ ਜਣੀਆਂ ਹੀ ਚਾਹ ਕੋਈ ਨਹੀਂ ਖਾ ਲਓ ਤੁਸੀਂ ਖਾ ਲਓ ਲੱਲਾ ਤੁਸੀਂ ਸੋ ਤੁਸੀਂ ਖਾ ਲਓ ਬਾਕੀ ਰੱਖ ਲਓ ਚਾਹ ਕਾਹਦੀ ਬਣਾ ਲਾ ਸਾਰਾ ਦੁੱਧ ਉਹਨੇ ਪਾ ਲਿਆ ਚਾਹ ਚ ਇੱਕ ਹੋਰੀ ਉਹਨੂੰ ਮੱਝ ਵੱਖਰੀ ਰੱਖ ਕੇ ਦੋ ਹੁਣ ਜਿਹੜਾ ਗਿਆ ਸੀ ਉਹਨੂੰ ਉਹਦੇ ਨਾਲ ਕਰਨੀਆਂ ਸੀ ਇਹ ਗੱਲਾਂ ਘਰ ਪਹਿਲਾਂ ਹੀ ਉੱਠ ਕੇ ਚਲ ਗਿਆ ਵਾ ਉਹਨੂੰ ਦੱਸਣਾ ਸੀਗਾ ਕਰਨ ਦਾ ਮੌਕਾ ਦਿੰਦੀਆਂ ਐ ਕੀ ਘੁੱਟ ਚਾਹ ਪੀਣੀ ਸੀ ਤੇ ਲਹੂ ਲਹੂ ਪੀਣ ਵਾਲੀ ਗੱਲ ਕਰ ਦਿੱਤੀ ਤੂੰ ਤੇ ਕਿਤੇ ਆ ਲੈ ਜਾ ਸੁਮਨ ਮੈਂ ਉਹਨੂੰ ਫੜਾ ਦੇ ਜਾ ਕੇ ਪੀ ਲੈ ਉੱਥੇ ਰੱਖ ਦੇ ਉੱਥੇ ਪੀ ਲਓ ਕੋਈ ਗੱਲ ਨਹੀਂ ਨਹੀਂ ਹੁਣ ਨਹੀਂ ਪੀਣੀ ਰੱਖ ਦੇ ਉੱਥੇ ਤੂੰ ਇਹਨੂੰ ਲੈ ਦੇ ਸੋਨੂੰ ਨੂੰ ਬਣਾ ਕੇ ਚਾਹ ਆ ਸਮਰੀਤ ਦੀ ਰੱਖੋ ਨਾਲੇ ਉਹ ਨਿਆਣੀ ਨਹਾਉਣ ਦੇ ਆਣ ਕੇ ਖਾ ਲੂਗੀ ਚੱਲ ਗਾ ਖਾਓ ਬ੍ਰੈਡ ਤੇ ਮੱਲੋ ਕੁਛ ਨਹੀਂ ਹੁੰਦਾ ਲੋ ਇੰਨੀ ਟੈਨਸ਼ਨ ਲਈ ਦੀ ਹੁੰਦੀ ਹੈ ਤੇ ਇਹੋ ਹਾਲ ਰਹਿਣਾ ਵਾ ਜਾ ਮੈਂ ਡੈਡ ਨੂੰ ਫੜਾਇਆ ਹਾਂ ਕੱਪ ਬਾਹਰ ਤੋਂ ਫੜਾਇਆ ਮੈਂ ਕੋਈ ਨਾਲੇ ਆ ਵੀ ਦੇ ਆ ਵੀ ਲੈ ਜਾ ਕਰਾਂ ਕੇ ਕੀ ਖਾਣ ਵਾ ਕੋਈ ਇਹੋ ਜਿਹਾ ਕਾਹਦਾ ਖਾਣ ਹੁੰਦਾ ਵਾ ਨਹੀਂ ਖਾਣਾ ਹੋਰ ਕਿੱਦਾਂ ਖਾਣਾ ਐਦਾਂ ਨਹੀਂ ਨਾ ਖਾਣਾ ਹੁੰਦਾ ਕੋਈ ਗੱਲ ਦਾ ਵੀ ਗਾੜੀ ਮੂੰਹ ਸਿਰ ਹੋਵੇ ਗਾੜੀ ਤਾਂ ਕਲਾ ਪਾ ਪਾ ਕੇ ਚੀਜ਼ਾਂ ਬਣਾਉਣੀਆਂ ਕਿਤੇ ਲੋਕੀ ਵਾਹ ਲੂ ਆ ਕੇ ਕੰਮ ਕਰਦੀਆਂ ਵਾ ਕਿਤੇ ਬਰਕਤ ਪੈਂਦੀ ਆ ਇਹਨਾਂ ਨੇ ਤੇ ਬਣਾਤਾ ਜੰਗ ਦਾ ਮੈਦਾਨ ਚਲ ਪਾ ਦੇ ਫਿਰ ਮੈਂ
ਸਮਰੀਤ ਮਮਾ ਤੈਨੂੰ ਦਿਖਣ ਕਾ ਤਾਂ ਨਹੀਂ ਲੈ ਪੁੱਤ ਤੂੰ ਮੈਨੂੰ ਕਿਉਂ ਲੱਭਦੀ ਆ ਥਾਂ ਥਾਂ ਤੇ ਜਾ ਕੇ ਤੈਨੂੰ ਪਤਾ ਨਾ ਮੈਂ ਨਹੀਂ ਲੱਭਣਾ ਤੈਨੂੰ ਤੇ ਹੈ ਕਿੱਥੇ ਆ ਪੁੱਤ ਮੈਂ ਤੇਰੇ ਹੈਗੀ ਲਾਗੇ ਛਾਗੇ ਹੀ ਆ ਪਰ ਤੂੰ ਮੈਨੂੰ ਨਹੀਂ ਵੇਖ ਸਕਦੀ ਠੀਕ ਆ ਤੇ ਤੂੰ ਮੈਨੂੰ ਏਦਾਂ ਨਾ ਲੱਭਿਆ ਕਰ ਫਿਰ ਏਦਾਂ ਮੈਨੂੰ ਬੜਾ ਦੁੱਖ ਹੁੰਦਾ ਵਾ ਤੂੰ ਆਪਣੇ ਮਨ ਤੋਂ ਏਦਾਂ ਸੋਚਿਆ ਕਰਨਾ ਕਿ ਤੇਰੀ ਮੰਮਾ ਲੱਗ ਗਈ ਆ ਬਸ ਦਿਖਣਾ ਹੀ ਨਹੀਂ ਆ ਤੈਨੂੰ ਪਰ ਮੰਮਾ ਮੇਰਾ ਨਹੀਂ ਜੀ ਲੱਗਦਾ ਤੁਹਾਡੇ ਤੋਂ ਬਿਨਾ ਮੇਰਾ ਮਨ ਕਰਦਾ ਵਾ ਕਿ ਮੈਂ ਨਾ ਤੁਹਾਡੇ ਨਾਲ ਜੱਫੀ ਪਾ ਕੇ ਸੋਵਾਂ ਧੀਏ ਉਹ ਵੀ ਕਰਮਾਂ ਵਾਲੇ ਹੀ ਧੀ ਪੁੱਤ ਹੁੰਦੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਆਪਣੇ ਮਾਂ ਦੇ ਪਿਓ ਦੇ ਨਾਲ ਜੱਫੀਆਂ ਪਾ ਕੇ ਸੌਣ ਦਾ ਪਰ ਉਹਨਾਂ ਨੂੰ ਕਦਰ ਨਹੀਂ ਨਾ ਹੁੰਦੀ ਜਿੱਦਾਂ ਸਾਡੇ ਪਰਿਵਾਰ ਨੂੰ ਕਦਰ ਨਹੀਂ ਹੁੰਦੀ ਕਿੰਨਾ ਗੱਲਾਂ ਕਰਨ ਦੀਆਂ ਤੂੰ ਗੱਲਾਂ ਪਾਪਾ ਮੈਂ ਤਾਂ ਕਹਿੰਦਾ ਨਹੀਂ ਗੱਲਾਂ ਕਰਨ ਗੱਲਾਂ ਦੇ ਕਹਿੰਦੇ ਕਹਿੰਦਾ ਨਹੀਂ ਮੈਂ ਤਾਂ ਆਪਣੀ ਇਹ ਗੱਲਾਂ ਕਰਦੀ ਹਾਂ ਕਿੰਨਾ ਗੱਲਾਂ ਨਾ ਗੱਲਾਂ ਕਰ ਕੋਲ ਨਾ ਠੀਕ ਜੋ ਵੀ ਗੱਲ ਤੂੰ ਮੈਨਾਂ ਕਰਿਆ ਕਰ ਠੀਕ ਗੱਲਾਂ ਨਾ ਸੋਚਿਆ ਕਰ ਕੋਈ ਠੀਕ ਤਿਲਾ ਜੋੜ ਕੇ ਜੋ ਦੁਨੀਆ ਬਣਾਈ ਉਸ ਦੁਨੀਆ ਦੀ ਤੂੰ ਹੀ ਹੈ ਖੁਦਾ ਜਾਣੇ ਮੇਰੇ ਅੱਖੀਆਂ ਤੋਂ ਦੂਰ ਤੂੰ ਹੋਈ ਹੈ ਜ਼ਰੂਰ ਤੂੰ ਹੋਈ ਨਹੀਂ ਉਹ ਮੇਰੇ ਤੋਂ ਜੁਦਾ ਜਾਣੇ ਮੇਰੀ ਇੱਕ ਦਿਨ ਆਵੇਂਗੀ ਨਾਲ ਵਸ ਜਾਵੇਂਗੀ ਜ਼ਿੰਦਗੀ ਗੁਜ਼ਾਰਾਂ ਇਸ ਆਸ ਤੇ ਆ ਜਾ ਦਿਲ ਜਾਨੀਆਂ ਕਰ ਮਿਹਰਬਾਨੀਆਂ ਸੱਚੀਆਂ ਮੁਹੱਬਤਾਂ ਦੇ ਵਾਸਤੇ ਜਿਉਂਦੇ ਜੀ ਕਦਰਾਂ ਕਦਰਾਂ ਕਰ ਲੋ ਮੁੜ ਮੁੜਦੇ ਨਹੀਂਦੇ ਨਹੀਂ ਨਿਕਲੇ ਤੀਲੇ ਤੀਲੇ ਮਨ ਨੂੰ ਤੁਰ ਗਏ ਜਹਾਨ ਜਹਾਨ ਜਹਾਨ